ਹਾਂਜੀ ਗੁਰੂ ਸਟੱਡੀ ਪੁਆਇੰਟ ਤੇ ਆਪ ਜੀ ਦਾ ਸਵਾਗਤ ਹੈ ਜੀ ਸੋ ਦੋਸਤੋ ਚਾਈਲਡ ਸਾਈਕੋਲੋਜੀ ਨਾਲ ਸੰਬੰਧਿਤ 8 ਨੰਬਰ ਲੈਕਚਰ ਲੈ ਕੇ ਆਏ ਆਂ ਜੀ ਸੋ ਜਿਹੜੇ ਦੋਸਤ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਗੁਰੂ ਸਟੱਡੀ ਪੁਆਇੰਟ ਵੱਲੋਂ ਚੈਨਲ ਵੱਲੋਂ ਤੁਹਾਨੂੰ ਪੀਐਸਟ ਟ 1 ਐਨਟੀਟੀ 83 93 ਪੀਐਸਟ 2 ਐਚ ਟੈਟ ਸੀ ਟੈਟ ਇਹਨਾਂ ਦੇ ਨੋਟਸ ਵੀ ਪ੍ਰੋਵਾਈਡ ਕਰਵਾਏ ਜਾਂਦੇ ਆ ਜੇਕਰ ਤੁਸੀਂ ਨੋਟਸ ਲੈਣੇ ਆ ਤਾਂ ਇਸ ਨੰਬਰ ਤੇ ਸੰਪਰਕ ਕਰ ਲਿਓ 8847477007 ਤੇ ਜੀ ਸ਼ੁਰੂ ਕਰ ਲਈਏ ਜੀ ਅੱਜ ਦਾ ਪ੍ਰਸ਼ਨ ਚਾਈਲਡ ਸਾਈਕੋਲੋਜੀ ਦੇ ਨਾਲ ਸੰਬੰਧਤ ਤੁਹਾਡੇ ਸਲੇਵਸ ਦੇ ਮੁਤਾਬਕ ਸਾਰੇ ਪ੍ਰਸ਼ਨ ਹੋਣਗੇ ਜੀ ਇਹਨਾਂ ਵਿੱਚੋਂ ਕਿਹੜਾ ਵਿਕਾਸ ਦਾ ਸਿਧਾਂਤ ਹੈ ਇਹ ਨਿਰੰਤਰ ਪ੍ਰਕਿਰਿਆ ਨਹੀਂ ਹੈ ਵਿਕਾਸ ਦੀਆਂ ਸਾਰੀਆਂ ਪ੍ਰਕਿਰਿਆਵਾਂ ਆਪਸ ਵਿੱਚ ਜੁੜੀਆਂ ਨਹੀਂ ਹੁੰਦੀਆਂ ਨਹੀਂ ਹਨ ਵਿਕਾਸ ਦੀ ਗਤੀ ਸਾਰਿਆਂ ਲਈ ਸਮਾਨ ਨਹੀਂ ਹੁੰਦੀ ਵਿਕਾਸ ਹਮੇਸ਼ਾ ਰੇਖੀ ਹੁੰਦਾ ਸੋ ਕਿਹੜੀ ਆਪਸ਼ਨ ਹੈ ਜੀ ਆਪਸ਼ਨ ਨੰਬਰ ਮਤਲਬ ਇਹ ਪੁੱਛਿਆ ਵੀ ਸਿਧਾਂਤ ਹੈ ਪੁੱਛਿਆਗਾ ਸੋ ਆਪਸ਼ਨ ਨੰਬਰ ਡੀ ਸਹੀ ਹੈ ਜੀ ਵਿਕਾਸ ਦੀ ਗਤੀ ਸਾਰਿਆਂ ਲਈ ਸਮਾਨ ਨਹੀਂ ਹੁੰਦੀ। ਇਹ ਵਿਕਾਸ ਸਾਰਿਆਂ ਦਾ ਵਿਕਾਸ ਇੱਕੋ ਜਿਹਾ ਨਹੀਂ ਹੁੰਦਾ ਜੀ। ਸੋ ਕਿਸੇ ਦਾ ਦੇਖੋ ਮਤਲਬ ਸਰੀਰਕ ਢਾਂਚਿਆਂ ਦਾ ਸਾਰਿਆਂ ਦਾ ਫਰਕ ਹੈ, ਬੁੱਧੀ ਦਾ ਫਰਕ ਵੀ ਹੁੰਦਾ ਹੈ, ਮਾਨਸਿਕ ਸੰਤੁਲਨ ਦਾ ਫਰਕ ਵੀ ਹੁੰਦਾ ਹੈ, ਫੁਰਤੀ ਦਾ ਫਰਕ ਹੁੰਦਾ ਹੈ। ਹਰ ਇੱਕ ਦਾ ਮਤਲਬ ਜਿਹੜਾ ਵਿਕਾਸ ਆ ਉਹ ਇੱਕ ਸਮਾਨ ਨਹੀਂ ਹੁੰਦਾ। ਇਹੋ ਇਹੀ ਸਿਧਾਂਤ ਹੈ। ਦਾ ਦੇਖੋ ਨਿਰੰਤਰ ਪ੍ਰਕਿਰਿਆ ਨਹੀਂ ਹੈ, ਨਿਰੰਤਰ ਪ੍ਰਕਿਰਿਆ ਹੁੰਦੀ ਆ। ਵਿਕਾਸ ਦੀਆਂ ਸਾਰੀਆਂ ਪ੍ਰਕਿਰਿਆਵਾਂ ਆਪਸ ਵਿੱਚ ਜੁੜੀਆਂ ਹੁੰਦੀਆਂ ਨੇ ਜੀ। ਇੱਥੇ ਨਹੀਂ ਨਹੀਂ ਪਾਉਣਾ ਸੀਗਾ। ਵਿਕਾਸ ਹਮੇਸ਼ਾ ਰੇਖੀ ਹੁੰਦਾ ਹੈ ਰੇਖੀ ਨਹੀਂ ਹੁੰਦਾ ਇਸ ਪੈਰਲਲ ਹੁੰਦਾ ਹੈਗਾ ਇਸ ਤਰ੍ਹਾਂ ਚੱਲਦਾ ਵਿਕਾਸ ਸੋ ਆਪਸ਼ਨ ਨੰਬਰ ਈ ਡੀ ਤੇ ਟਿਕ ਕਰੋ ਜੀ ਦੋ ਨੰਬਰ ਪ੍ਰਸ਼ਨ ਕਰਦੇ ਆ ਆਪਣੇ ਬੱਚੇ ਲਈ ਪ੍ਰੀ ਸਕੂਲ ਸੇਵਾ ਚੁਣਨ ਸਮੇ ਮਾਪਿਆਂ ਨੂੰ ਕੀ ਦੇਖਣ ਦੀ ਲੋੜ ਹੈ ਸਕੂਲ ਦੀ ਇਮਾਰਤ ਦੇਖਣੀ ਚਾਹੀਦੀ ਆ ਇਸ ਦੀ ਬਾਹਰੀ ਸਜਾਵਟ ਉਪਯੁਕਤ ਅਥਾਰਟੀ ਤੋਰ ਜੇਸ਼ਨ ਚੁਸਤ ਸਟਾਫ ਤੇ ਸਵੱਗਰੀ ਸੋ ਜਦੋਂ ਤੁਸੀਂ ਆਪਣੇ ਇੱਕ ਬੱਚੇ ਦੇ ਲਈ ਪ੍ਰੀ ਸਕੂਲ ਚੁੰਨਦੇ ਹਾਂ ਦਾਖਲਾ ਕਰਵਾਉਣ ਦੇ ਲਈ ਤਾਂ ਤੁਹਾਨੂੰ ਕੀ ਦੇਖਣਾ ਚਾਹੀਦਾ ਵੀ ਉੱਥੇ ਇਹ ਇਮਾਰਤ ਵਧੀਆ ਸਜਾਵਟ ਵਧੀਆ ਰਜਿਸਟ੍ਰੇਸ਼ਨ ਹੈਗੀ ਹੈ ਚੁਸਤ ਤੇ ਸਟਾਫ ਸਮਗਰੀ ਇਹਨਾਂ ਦੇ ਵਿੱਚੋਂ ਕਿਹੜੀ ਵੈਸਟ ਹੈ ਜੀ ਤੁਹਾਡੇ ਵਾਸਤੇ ਆਪਸ਼ਨ ਨੰਬਰ ਈਡੀ ਉਹ ਉਪਯੁਕਤ ਜਿਹੜੀ ਅਥਾਰਟੀ ਹੁੰਦੀ ਹੈ ਉਹ ਤੋਂ ਰਜਿਸਟ੍ਰੇਸ਼ਨ ਹੋਵੇ ਐਫੀਲੀਏਟਿਡ ਸੰਸਥਾ ਦੇ ਨਾਲ ਸਬੰਧਤ ਹੋਵੇ ਉਹ ਸੋ ਆਪਸ਼ਨ ਨੰਬਰ ਈਡੀ ਟਿਕ ਕਰਾਂਗੇ ਜੀ ਮਾਨਤਾ ਪ੍ਰਾਪਤ ਸਕੂਲ ਹੋਵੇ ਜਿਵੇਂ ਆਪਾਂ ਕਹਿ ਦਿੰਨੇ ਹੁੰਨੇ ਆ ਸੋ 3 ਨੰਬਰ ਪ੍ਰਸ਼ਨ ਜੀ ਜੇ ਤੁਸੀਂ ਨਿਯਮਤ ਤੌਰ ਤੇ ਆਪਣੇ ਦੰਦ ਸਾਫ ਨਹੀਂ ਕਰਦੇ ਤਾਂ ਕੀ ਹੁੰਦਾ ਹੈ ਬਦਬੂਦਾਰ ਸਾਹ ਤੇ ਸੜੇ ਹੋਏ ਖੁਰੇ ਦੰਦ ਸੜੇ ਹੋਏ ਦੰਦ ਤਾਜ਼ੇ ਦੰਦ ਬਦਬੂਦਾਰ ਦੰਦ ਸੋ ਬੈਸਟ ਆਪਸ਼ਨ ਕਿਹੜੀ ਹੈ ਜੀ ਆਪਸ਼ਨ ਨੰਬਰ ਊੜਾ ਬਦਬੂਦਾਰ ਦੰਦ ਹੋ ਜਾਂਦੇ ਨੇ ਸੜ ਜਾਂਦੇ ਨੇ ਖੁਰ ਜਾਂਦੇ ਨੇ ਆਪਸ਼ਨ ਨੰਬਰ ਊੜਾ ਸਹੀ ਹੈ ਜੀ ਤਾਂ ਨੰਬਰ ਪ੍ਰਸ਼ਨ ਦਾ ਅਗਲਾ ਪ੍ਰਸ਼ਨ ਜੀ 4 ਨੰਬਰ ਉਹ ਖੁਰਾਕ ਜਿਸ ਵਿੱਚ ਸਰੀਰ ਲਈ ਸਹੀ ਮਾਤਰਾ ਵਿੱਚ ਜ਼ਰੂਰੀ ਪੌਸ਼ਕ ਤੱਤ ਹੁੰਦੇ ਹਨ ਉਹਨਾਂ ਨੂੰ ਕਹਿੰਦੇ ਹਨ ਖੁਰਾਕ ਕਹਿੰਦੇ ਨੇ ਸੰਤੁਲਿਤ ਖੁਰਾਕ ਕਹਿੰਦੇ ਨੇ ਕੰਪੋਸ਼ਨ ਕਪੋਸ਼ਨ ਕਹਿੰਦੇ ਨੇ ਸਾਰੇ ਸੋ ਸੰਤੁਲਿਤ ਖੁਰਾਕ ਹੁੰਦੀ ਹੈ ਜੀ ਆਪਸ਼ਨ ਨੰਬਰ 8 ਸਹੀ ਹੈ ਉਹ ਖੁਰਾਕ ਜਿਹਦੇ ਵਿੱਚ ਸਰੀਰ ਲਈ ਸਹੀ ਮਾਤਰਾ ਦੇ ਵਿੱਚ ਜ਼ਰੂਰੀ ਪੌਸ਼ਕ ਤੱਤ ਹੁੰਦੇ ਨੇ ਸੰਤੁਲਿਤ ਖੁਰਾਕ ਹੁੰਦੀ ਆ 5 ਨੰਬਰ ਪ੍ਰਸ਼ਨ ਜੀ ਰਸਾਲੇ ਕਹਾਣੀਆਂ ਰਸਾਲੇ ਕਹਾਣੀਆਂ ਵਾਲੀਆਂ ਕਿਤਾਬਾਂ ਟੈਲੀਵਿਜ਼ਨ ਡੈਸ਼ ਵਿੱਚ ਵਾਧਾ ਕਰਦੀਆਂ ਹਨ ਸਮਾਜਿਕ ਵਿਕਾਸ ਦੇ ਵਿੱਚ ਸੋਝਵਾਦੀ ਵਿਕਾਸ ਦੇ ਵਿੱਚ ਬੋਲਚਾਲ ਵਿਕਾਸ ਦੇ ਵਿੱਚ ਸਾਰੇ ਸੋ ਜਿਹੜੇ ਰਸਾਲੇ ਨੇ ਜੀ ਕਹਾਣੀ ਵਾਲੀਆਂ ਕਿਤਾਬਾਂ ਨੇ ਕੋਈ ਟੈਲੀਵਿਜ਼ਨ ਦੇਖਦੇ ਹੋ ਸੋ ਉਹਦੇ ਨਾਲ ਕਿਹੜਾ ਵਿਕਾਸ ਵਧਦਾ ਜੀ ਇਹ ਸਾਰੇ ਤਰ੍ਹਾਂ ਦੇ ਵਿਕਾਸ ਹੁੰਦੇ ਨੇ ਸਮਾਜਿਕ ਵਿਕਾਸ ਵੀ ਹੁੰਦਾ ਹੈ ਸੋਝਵਾਦੀ ਵਿਕਾਸ ਵੀ ਹੁੰਦਾ ਹੈ ਬੋਲਚਾਲ ਦੇ ਵਿੱਚ ਵੀ ਵਿਕਾਸ ਹੁੰਦਾ ਹੈਗਾ ਆਪਾਂ 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 অপশন নাম্বার 6 ਸਹੀ ਹੈ ਜੀ। ਪ੍ਰਸ਼ਨ ਦੇ ਅਨੁਸਾਰ 6 ਨੰਬਰ ਪ੍ਰਸ਼ਨ ਜੀ। ਸੋ ਦੋਸਤੋ ਜਿਹੜੇ ਦੋਸਤ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅੱਗੇ ਸ਼ੇਅਰ ਕਰਿਓ। ਨੋਟਸ ਤੁਹਾਨੂੰ ਪ੍ਰੋਵਾਈਡ ਕਰਵਾ ਰਹੇ ਹਾਂ ਆਪਾਂ ਪੀਐਸਟੈਟ 1 ਦੇ ਪੀਐਸਟੈਟ 2 ਦੇ ਐਨਟੀਟੀ ਦੇ ਜੇਕਰ ਨੋਟਸ ਲੈਣੇ ਆ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ 8847477007 ਤੇ ਇਸ ਨੰਬਰ ਤੇ ਸੰਪਰਕ ਕਰ ਲਿਓ। ਤੋ ਬੱਚਿਆਂ ਦੀ ਆਰੰਭਿਕ ਸਿੱਖਿਆ ਵਿੱਚ ਮਾਪਿਆਂ ਦੀ ਸਮੂਲੀਅਤ ਦਾ ਉਦੇਸ਼ ਕੀ ਹੈ ਜੀ ਮਾਪਿਆਂ ਤੇ ਸਕੂਲ ਵਿਚਾਲੇ ਸੰਚਾਰ ਅਧਿਆਪਕ ਮਾਪਿਆਂ ਵਿਚਾਲੇ ਸਕਾਰਾਤਮਕ ਸਬੰਧ ਵਿਦਿਆਰਣ ਨੀਤੀਆਂ ਦਾ ਸੁਧਿਰੜੀ ਕਰਨ ਸਾਰੇ ਆਪਸ਼ਨ ਨੰਬਰ ਸ ਸਹੀ ਹੈ ਜੀ ਬੱਚਿਆਂ ਦੀ ਜਿਹੜੀ ਆਰੰਭਿਕ ਸਿੱਖਿਆ ਜੀ ਪ੍ਰੀ ਪ੍ਰਾਇਮਰੀ ਵਿੱਚ ਮਾਪਿਆਂ ਮਾਪੇ ਸਮੂਲੀਅਤ ਕਰਨ ਉਹਦੇ ਵਿੱਚ ਉਹਦਾ ਉਦੇਸ਼ ਕੀ ਹੁੰਦਾ ਹੈ ਇਹ ਸਾਰੀਆਂ ਆਪਸ਼ਨਾਂ ਉਹ ਦੇਸ਼ ਨੂੰ ਪੂਰਾ ਕਰ ਦਿਆ ਨੇ অপਸ਼ਨ ਨੰਬਰ ਸ ਸਹੀ ਹੈ ਜੀ 7 ਨੰਬਰ ਪ੍ਰਸ਼ਨ ਵਿਕਾਸ ਡੈਸ਼ ਤੋਂ ਡੈਸ਼ ਵੱਲ ਹੁੰਦਾ ਹੈ ਆਪਾਂ ਪ੍ਰਸ਼ਨ ਪਹਿਲਾਂ ਵੀ ਕਰਾਇਆ ਵਿਕਾਸ ਹਮੇਸ਼ਾ ਸਧਾਰਨ ਤੋਂ ਵਿਸ਼ੇਸ਼ ਵੱਲ ਹੁੰਦਾ ਜੀ 7 ਨੰਬਰ ਪ੍ਰਸ਼ਨ ਦਾ ਸ ਸ অপਸ਼ਨ ਨੰਬਰ ਸਹੀ ਹੈ ਜੀ ਵਿਕਾਸ ਸਧਾਰਨ ਤੋਂ ਵਿਸ਼ੇਸ਼ ਵੱਲ ਹੁੰਦਾ ਆਪਾਂ ਇਹਦੀਆਂ ਬਹੁਤ ਤਰੀਕੇ ਨਾਲ ਵਧੀਆ ਤਰੀਕੇ ਨਾਲ ਵੀ ਸਮਝਾਇਆ ਹੋਇਆ ਇਸ ਪ੍ਰਸ਼ਨ ਦਾ ਤਾਂ ਤੁਸੀਂ ਸਕਰੀਨਸ਼ਾਟ ਲੈ ਲਿਓ ਇਹ ਜ਼ਰੂਰੀ ਪ੍ਰਸ਼ਨ ਆਉਂਦਾ ਹੀ ਆਉਂਦਾ ਹੈ ਪੇਪਰ ਦੇ ਵਿੱਚ ਬੱਚੇ ਦੇ ਟਾਂਚਾ ਨਿਰਮਾਣ ਦੀ ਮਾਤਰਾ ਅਤੇ ਕਿਸਮ ਵਿੱਚ ਬਦਲਾ ਇਸ ਗੱਲ ਤੇ ਨਿਰਭਰ ਕਰਦਾ ਹੈ ਅਧਿਆਪਕ ਦੀ ਮਨੋਦਸ਼ਾ ਬੱਚੇ ਦੀ ਕੁਦਰਤੀ ਯੋਗਤਾ ਕੰਮ ਲਈ ਪ੍ਰਸਤਾਵਿਤ ਪੁਰਸਕਾਰ ਬੱਚੇ ਦੇ ਪ੍ਰਦਰਸ਼ਨ ਦਾ ਪੱਧਰ ਸੋ ਬੱਚੇ ਦੇ ਟਾਂਚਾ ਨਿਰਮਾਣ ਮਤਲਬ ਉਹਦੇ ਕੋਈ ਟਾਂਚਾ ਤਿਆਰ ਕੀਤਾ ਜਾ ਰਿਹਾ ਉਹਦੀ ਮਾਤਰਾ ਤੇ ਕਿਸਮ ਵਿੱਚ ਬਦਲਾ ਇਸ ਗੱਲ ਤੇ ਨਿਰਭਰ ਕਰਦਾ ਹੈ ਬੱਚੇ ਦੇ ਪ੍ਰਦਰਸ਼ਨ ਦਾ ਪੱਧਰ ਜੀ ਉਹਦਾ ਉਹਦਾ ਪ੍ਰਦਰਸ਼ਨ ਦਾ ਪੱਧਰ ਕਿੰਨਾਗਾ ਆਪਸ਼ਨ ਨੰਬਰ ਸ ਸਹੀ ਹੈ ਜੀ ਸੋ ਨੌ ਨੰਬਰ ਪ੍ਰਸ਼ਨ ਦੋਸਤੋ ਪਾਸ਼ਾ ਲਈ ਸੰਵੇਦਨਸ਼ੀਲ ਸਮਾਂ ਹੁੰਦਾ ਹੈ ਬਾਲਗ ਅਵਸਥਾ ਪੂਰਵ ਬਾਲ ਅਵਸਥਾ ਜਨਮ ਤੋਂ ਪਹਿਲਾਂ ਦਾ ਸਮਾਂ ਮੱਧ ਬਾਲ ਅਵਸਥਾ ਛਾਰਲੀ ਚਾਈਲਡਹੂਡ ਹੁੰਦਾ ਜੀ অপਸ਼ਨ ਨੰਬਰ ਆੜਾ ਨੂੰ ਟਿਕ ਕਰਾਂਗੇ ਪਰ ਨੌ ਨੰਬਰ ਪ੍ਰਸ਼ਨ ਦਾ अर्ਲੀ ਚਾਈਲਡਹੂਡ ਪੀੜ ਹੈ ਜਿਹੜਾ ਉਹ 2 ਤੋਂ 6 ਸਾਲ ਦਾ ਇਹ ਸਮਾਂ ਹੁੰਦਾ ਹੈ ਜਿਹੜਾ ਮਤਲਬ ਪਾਸ਼ਾ ਦੇ ਲਈ ਭਾਸ਼ਾ ਸਿੱਖਣ ਦੇ ਲਈ ਸ਼ਬਦ ਬੋਲਣ ਦੇ ਲਈ ਸੰਵੇਦਨਸ਼ੀਲ ਸਮਾਂ ਹੁੰਦਾ ਹੈ ਤੁਹਾਡਾ ਅਗਲਾ ਪ੍ਰਸ਼ਨ ਜੀ 10 ਨੰਬਰ ਭਾਰਤ ਵਿੱਚ ਸਿੱਖਿਆ ਨੀਤੀ ਕਿਹੜੇ ਸਾਲ ਵਿੱਚ ਆਈ 1968 ਦੇ ਵਿੱਚ 1986 ਦੇ ਵਿੱਚ 2020 ਦੇ ਵਿੱਚ ਆਪਸ਼ਨ ਨੰਬਰ ਸ ਸਾਰੇ ਸੋ ਆਪਸ਼ਨ ਸ ਸਹੀ ਹੈ ਜੀ ਇਹ ਸਾਰੀਆਂ ਸਿੱਖਿਆ ਨੀਤੀਆਂ ਨੇ ਜਿਹੜੀਆਂ ਭਾਰਤ ਦੇ ਵਿੱਚ ਆਈਆਂ ਸਮੇਂ-ਸਮੇਂ ਤੇ 2020 ਵਾਲੀ 2020 ਵਾਲੀ ਹਲੇ ਲਾਗੂ ਨਹੀਂ ਹੋਈ ਸੋ ਇਹ ਜਲਦੀ ਲਾਗੂ ਹੋ ਜਾਊਗੀ ਆਪਸ਼ਨ ਨੰਬਰ ਈ ਡੀ ਸਹੀ ਹੈ ਜਿਹੜੀ ਪ੍ਰੀ ਪ੍ਰਾਇਮਰੀ ਜਾਂ ਐਨਟੀਟੀ ਦੀ ਭਰਤੀ ਹੋਣੀ ਹੈ ਜੀ ਇਸੇ ਪਾਲਿਸੀ ਦੇ ਵਿੱਚ ਲਿਖਿਆ ਹੋਇਆ ਵੀ ਐਨਟੀਟੀ ਦੀ ਭਰਤੀ ਕਰੋ ਪ੍ਰੀ ਪ੍ਰਾਇਮਰੀ ਦੇ ਬੱਚਿਆਂ ਨੂੰ ਪੜਾਉਣ ਲਈ ਟੀਚਰ ਹੋਣ ਸਕੂਲ ਦੇ ਵਿੱਚ ਸੋ ਇਹ ਪਰ ਇਹ ਪਾਲਿਸੀ ਵੀ ਲਾਗੂ ਹੋਊਗੀ ਉਹਦੇ ਤਹਿਤ ਫਿਰ ਐਨਟੀਟੀ ਦੇ ਟੀਚਰ ਵੀ ਲਾਗੂ ਹੋਣਗੇ ਸਕੂਲਾਂ 'ਚ ਸੋ ਐਨਟੀਟੀ ਦੀ ਤਿਆਰੀ ਕਰਦੇ ਰਹੋ ਨੋਟਸ ਪ੍ਰਾਪਤ ਕਰੋ ਸਾਡੇ ਤੋਂ ਸੋ 11 ਨੰਬਰ ਪ੍ਰਸ਼ਨ ਜੀ ਵਿਸ਼ਵ ਸਿਹਤ ਸੰਗਠਨ ਦੀ ਸਥਾਪਨਾ ਵਿੱਚ ਡੈਸ਼ ਵਿੱਚ ਕੀਤੀ ਗਈ ਸੀ 1946 ਦੇ ਵਿੱਚ 1947 1945 ਜਾਂ 1948 ਦੇ ਵਿੱਚ ਹੋਈ ਸੀ ਆਪਸ਼ਨ ਨੰਬਰ ਸ ਸਹੀ ਹੈ ਜੀ World Health Organization ਇਹਦੀ ਜਿਹੜੀ ਸਥਾਪਨਾ ਸੀ ਜੀ 1948 ਦੇ ਵਿੱਚ ਹੋਈ ਅਗਲਾ ਪ੍ਰਸ਼ਨ ਜੀ 12 ਨੰਬਰ ਬੱਚੇ ਦੀ ਸਵੈ ਕੇਂਦਰਤ ਅਵਸਥਾ ਜਿਹੜੀ ਹੁੰਦੀ ਹੈ ਜੀ ਸੈਲਫ ਸੈਂਟਰਡ ਜਿਹੜਾ ਹੁੰਦਾ ਹੈਗਾ ਬੱਚਾ ਉਹ ਕਿਹੜੀ ਅਵਸਥਾ ਦੇ ਵਿੱਚ ਹੁੰਦਾ ਜਨਮ ਤੋਂ 2 ਸਾਲ ਦੇ ਵਿੱਚ 3 ਤੋਂ 6 ਸਾਲ ਦੇ ਵਿੱਚ 7 ਸਾਲ ਤੋਂ ਕਿਸ਼ੋਰ ਅਵਸਥਾ ਤੱਕ ਦਾ ਜਿਹੜਾ ਪੀੜ ਹੈਗਾ ਸੋ ਕਿਸ਼ੋਰ ਅਵਸਥਾ ਦੇ ਵਿੱਚ ਪਹੁੰਚਣ ਸਮੇਂ ਸੋ ਜਿਹੜਾ ਸੈਲਫ ਸੈਂਟਰਡ ਅਵਸਥਾ ਕੀ ਉਹ ਹੈ ਜੀ 3 ਤੋਂ 6 ਸਾਲ ਆਪਸ਼ਨ ਨੰਬਰ ਆੜਾ ਸਹੀ ਹੈ ਜਿੱਦੇ ਜਦੋਂ ਬੱਚਾ 3 ਤੋਂ 6 ਸਾਲ ਦੇ ਵਿਚਕਾਰ ਹੁੰਦਾ ਸੋ ਸੈਲਫ ਸੈਂਟਰਡ ਹੁੰਦਾ ਉਹ ਸਾਰੀਆਂ ਚੀਜ਼ਾਂ ਆਪਦੇ ਤੇ ਕੇਂਦਰਿਤ ਕਰਦਾ ਆਪਦੇ ਬਾਰੇ ਸੋਚਦਾ ਸਾਰੀ ਗੱਲ ਜੇ ਉਹਨੂੰ ਕੋਈ ਚੀਜ਼ ਤੁਸੀਂ ਫੜਾ ਦੋਗੇ ਉਹ ਆਪਣੀ ਮੰਨੂਗਾ ਉਹਨੂੰ ਉਹ ਤੁਹਾਨੂੰ ਦੇਊਗਾ ਨਹੀਂ ਹਰ ਚੀਜ਼ ਨੂੰ ਆਪਣਾ ਆਪਣਾ ਮੰਨਣ ਦੀ ਕੋਸ਼ਿਸ਼ ਕਰੂਗਾ ਆਪਣੇ ਤੇ ਕੇਂਦਰਿਤ ਕਰੂਗਾ ਹਰ ਗੱਲ ਨੂੰ ਸੋ 13 ਨੰਬਰ ਪ੍ਰਸ਼ਨ ਜੀ ਮਨੁੱਖੀ ਵਿਕਾਸ ਦੀ ਉਹ ਅਵਸਥਾ ਜਿਸ ਨੂੰ ਸੁਨਹਿਰੀ ਕਾਲ ਕਿਹਾ ਜਾਂਦਾ ਹੈ ਬਹੁਤ ਵਾਰ ਪ੍ਰਸ਼ਨ ਆਇਆ ਬਹੁਤ ਜ਼ਿਆਦਾ ਇੰਪੋਰਟੈਂਟ ਆ ਪੀਐਸ ਟੈਟ ਦੇ ਵਿੱਚ ਬਹੁਤ ਵਾਰ ਪ੍ਰਸ਼ਨ ਪੁੱਛਿਆ ਗਿਆ ਹੈ ਮਨੁੱਖੀ ਵਿਕਾਸ ਦੀ ਉਹ ਅਵਸਥਾ ਜਿਹੜੀ ਜਿਸ ਨੂੰ ਸੁਨਹਿਰੀ ਕਾਲ ਮੰਨਿਆ ਜਾਂਦਾ ਹੈ ਸ਼ਿਸ਼ੂ ਅਵਸਥਾ ਬਾਲ ਅਵਸਥਾ ਕਿਸ਼ੋਰ ਅਵਸਥਾ ਬਾਲਗ ਅਵਸਥਾ ਸੋ ਇਹ ਹੈ ਜੀ ਬਾਲ ਅਵਸਥਾ ਜੀ ਚਾਈਲਡਹੂਡ ਸੋ ਬਾਲ ਅਵਸਥਾ ਨੂੰ ਮੰਨਿਆ ਜਾਂਦਾ ਹੈਗਾ ਬਚਪਨ ਨੂੰ ਮੰਨਿਆ ਜਾਂਦਾ ਮਤਲਬ ਮਨੁੱਖੀ ਵਿਕਾਸ ਦੀ ਸਭ ਤੋਂ ਸੁਨਹਿਰੀ ਜਿਹੜੀ ਜਿਹੜਾ ਪੀੜ ਹੈ ਉਹ ਮੰਨਿਆ ਜਾਂਦਾ ਆਪਸ਼ਨ ਨੰਬਰ ਆੜਾ ਨੂੰ ਟਿਕ ਕਰ ਦਿਓ ਜੀ 14 ਨੰਬਰ ਪ੍ਰਸ਼ਨ ਸਮਾਜਿਕ ਸੁਰੱਖਿਆ ਤੇ ਵਿਕਾਸ ਵਿਭਾਗ ਪੰਜਾਬ ਦੀ ਸਥਾਪਨਾ ਕਦੋਂ ਕੀਤੀ ਗਈ ਸੀ 1993 ਚ 1955 ਚ 1971 1978 ਦੇ ਵਿੱਚ ਸੋ ਇਹ ਹੋਈ ਸੀ ਜੀ ਸਥਾਪਨਾ 1955 ਦੇ ਵਿੱਚ ਆਪਸ਼ਨ ਨੰਬਰ ਆੜਾ ਸਹੀ ਆ ਜੀ ਸਮਾਜਿਕ ਸੁਰੱਖਿਆ ਬਾਲ ਵਿਕਾਸ ਵਿਭਾਗ ਪੰਜਾਬ ਦੀ ਸਥਾਪਨਾ ਜਿਹਦੇ ਤਹਿਤ ਅੰਗਣਵਾੜੀ ਸੁਪਰ ਅੰਗਣਵਾੜੀ ਜਿਹੜੇ ਸੈਂਟਰ ਵਗੈਰਾ ਉਹਨਾਂ ਦੀ ਦੇਖਰੇਖ ਹੁੰਦੀ ਆ। ਸੋ 1955 ਅਨਸਰ ਹੈ ਜੀ ਇਹਦਾ। 15 ਨੰਬਰ ਪ੍ਰਸ਼ਨ ਅੱਜ ਦੇ ਵੀਡੀਓ ਲੈਕਚਰ ਦਾ ਆਪਣਾ ਆਖਰੀ ਪ੍ਰਸ਼ਨ ਆ। ਸੋ ਜਿਹੜੇ ਦੋਸਤ ਚੈਨਲ ਤੇ ਨਵੇਂ ਸੀ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਜ਼ਰੂਰ ਕਰਿਓ। ਇਸੇ ਤਰ੍ਹਾਂ ਆਪਾਂ ਲੜੀ ਦੇ ਤਹਿਤ ਚਾਈਲਡ ਸਾਈਕੋਲੋਜੀ ਦੇ ਲੈਕਚਰ, ਐੱਸਐੱਸਟੀ ਤੇ ਈਵੀਐਸ ਦੇ ਲੈਕਚਰ ਪੀਐਸਟਟ ਵਾਸਤੇ ਕੰਟੀਨਿਊਸ ਲੈ ਕੇ ਆਉਂਦੇ ਰਹਾਂਗੇ। ਜੀਨ ਪਿਆਜੇ ਦੇ ਅਨੁਸਾਰ ਅਨੁਕੂਲਨ ਡੈਸ਼ ਦੁਆਰਾ ਹੁੰਦਾ ਹੈ ਆਤਮ ਆਤਮ ਸ਼ਾਂਤੀਕਰਨ ਆਤਮ ਸਾਤਮੀਕਰਨ ਸਮਾਜੋਜਨ ਤਜਰਬੇ ਊੜਾ ਤੇ ਆੜਾ ਦੋਵੇਂ ਸੋ ਇਹ ਹੁੰਦਾ ਜੀ ਦੋਵੇਂ ਆਪਸ਼ਨ ਨੰਬਰ ਸ ਊੜਾ ਤੇ ਆੜਾ ਦੋਵੇਂ ਅਸੀਮੂਲੇਸ਼ਨ ਐਂਡ ਅਕਾਮੋਡੇਸ਼ਨ ਇਹ ਹੀ ਅਨਸਰ ਆਊਗਾ ਇਹਦਾ ਜੀਨ ਪਿਆਜੇ ਦੇ ਅਨੁਸਾਰ ਅਨੁਕੂਲਨ ਅਨੁਕੂਲਨ ਕਿਵੇਂ ਹੁੰਦਾ ਆਤ ਆਤਮ ਸ਼ਾਂਤੀਕਰਨ ਦੇ ਨਾਲ ਸਮਾਜੋਜਨ ਨਾਲ ਇਹਨੂੰ ਤੁਸੀਂ ਅੰਗਰੇਜ਼ੀ ਚ ਯਾਦ ਰੱਖਿਓ ਅਸੀਮਿਲੇਸ਼ਨ ਤੇ ਅਕਾਮੋਡੇਸ਼ਨ ਸੋ ਜੇਕਰ ਤੁਹਾਨੂੰ ਇਹ ਦੀ ਪ੍ਰੋਪਰ ਸਮਝ ਤੁਸੀਂ ਇਹ ਵੀ ਹੈ ਕਿ ਅਸੀਮਿਲੇਸ਼ਨ ਤੇ ਅਕਾਮੋਡੇਸ਼ਨ ਹੈ ਕੀ ਚੀਜ਼ਾਂ ਨੇ ਤਾਂ ਆਪਣੇ ਚੈਨਲ ਤੇ ਭਰ ਲਓ ਤੁਸੀਂ ਜੀਨ ਪਿਆਜੇ ਦੀ ਥਿਉਰੀ ਉੱਥੇ ਆਪਾਂ ਜੀਨ ਪਿਆਜੇ ਦੀ ਥਿਉਰੀ ਕਰਵਾਈ ਹੋਈ ਹੈ ਉਹਦੇ ਵਿੱਚ ਤੁਹਾਨੂੰ ਪੂਰਾ ਕਲੀਅਰ ਹੋ ਜਾਊਗਾ ਵੀ ਇਹ ਹੈ ਕੀ ਆਪਣੇ ਚੈਨਲ ਤੇ ਗੁਰੂ ਸਟਡੀ ਪੁਆਇੰਟ ਜੀਨ ਪਿਆਜੇ ਭਰ ਕੇ ਸਰਚ ਕਰ ਲਓ ਦੋ ਭਾਗ ਆਉਣਗੇ ਥਿਉਰੀ ਦੇ ਥਿਉਰੀ ਦੇ ਦੋਨੇ ਭਾਗਾਂ ਦੇ ਵਿੱਚ ਥਿਉਰੀ ਕਰੋ ਤੁਹਾਨੂੰ ਇਹ ਚੀਜ਼ਾਂ ਦਾ ਗਿਆਨ ਹੋ ਜਾਊਗਾ ਸੋ ਮਿਲਦੇ ਆਂ ਜੀ ਅਗਲੇ ਵੀਡੀਓ ਲੈਕਚਰ ਵਿੱਚ ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ